ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਇਸ ਦੁਨੀਆ ਦੇ ਅੰਦਰ ਭ੍ਰਮਣ ਕੀਤਾ ਚਾਰ ਦਸ਼ਾਵਾਂ ਚ ਚਾਰ ਉਦਾਸੀਆਂ ਕਰਕੇ ਦੁਨੀਆ ਦੇ ਵੱਖ-ਵੱਖ ਮਤ ਦੇ ਲੋਕਾਂ ਨੂੰ ਅ ਅਸਲ ਗਿਆਨ ਦੀ ਪ੍ਰਾਪਤੀ ਤੇ ਇੱਕ ਨਾਲ ਜੁੜਨ ਦੀ ਗੱਲ ਕੀਤੀ ਸੋ ਇਸ ਸਮਿਆਂ ਦੇ ਵਿੱਚ ਬਹੁਤ ਸਾਰੇ ਦੂਸਰੇ ਧਰਮਾਂ ਦੇ ਲੋਕ ਵੀ ਜਿਹੜੇ ਗੁਰੂ ਸਾਹਿਬ ਦੇ ਅਨਿਆਈ ਬਣੇ ਤੇ ਅੱਜ ਤੱਕ ਉਹ ਚੱਲ ਰਹੇ ਨੇ ਅਸੀਂ ਦੇਖਦੇ ਹਾਂ ਕਿ ਸਤਨਾਮੀਏ ਸਿੰਘ ਨੇ ਜਾਂ ਸਿੰਧੀ ਸਿੰਘ ਨੇ ਜਾਂ ਬੁਣਜਾਰੇ ਨੇ ਜਾਂ ਸਿਗਲੀਕਰ ਸਿੰਘ ਨੇ ਹੋਰ ਬੜੇ ਐਸੇ ਗੁਰੂ ਨਾਨਕ ਨਾਮਲੇਵਾ ਸੰਗਤ ਆ ਜਿਹੜੀ ਦੁਨੀਆਂ ਦੇ ਅੰਦਰ ਵੱਖ-ਵੱਖ ਥਾਂ ਤੇ ਵਿਚਰ ਕੇ ਗੁਰੂ ਸਾਹਿਬਾਨ ਪ੍ਰਤੀ ਆਪਣੀ ਆਸਥਾ ਜਿਹੜੀ ਆ ਉਹ ਰੱਖਦੀ ਆ ਸੋ ਇਹਦੇ ਵਿੱਚ ਜਿਹੜੀ ਕੱਲ ਪਰਸੋਂ 2-4 ਦਿਨ ਪਹਿਲਾਂ ਕੁਝ ਐਸੀ ਤਸਵੀਰ ਦੇਖਣ ਵਿੱਚ ਸਾਹਮਣੇ ਆਈ ਇਹ ਕੋ ਸਿੰਧੀ ਪਰਿਵਾਰ ਜਿਹੜੇ ਆ ਉਹ ਉਹ ਕਾਫੀ ਬਰਾਗ ਵਿੱਚ ਦਿਖਾਈ ਦਿੱਤੇ। ਉਹਨਾਂ ਦੇ ਘਰ ਤੋਂ ਜਿਹੜੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਆ ਉਹ ਲੈ ਕੇ ਗੁਰਦਰਾ ਸਾਹਿਬ ਪਹੁੰਚਾਏ ਗਏ ਕੁਝ ਸਿੱਖ ਜਥੇਬੰਦੀਆਂ ਵੱਲੋਂ। ਉਹਨਾਂ ਦੇ ਮਨ ਦੇ ਅੰਦਰ ਆਪਣੇ ਗੁਰੂ ਪ੍ਰਤੀ ਜਿਹੜਾ ਸਤਕਾਰ ਸੀ ਉਹ ਦੇਖਣ ਵਿੱਚ ਹੀ ਇਹ ਕਿਨਾ ਦਿਖਾਈ ਦੇ ਰਿਹਾ ਸੀ। ਤੇ ਇਹ ਜਿਹੜੀ ਘਟਨਾ ਵਾਪਰੀ ਇਸ ਘਟਨਾ ਦਾ ਸਮੁੱਚੇ ਪੰਥ ਦੇ ਅੰਦਰ ਕਾਫੀ ਡੂੰਗੀ ਚਰਚਾ ਵੀ ਆ ਤੇ ਇਸ ਦੇ ਬਾਰੇ ਇੱਕ ਵਿਚਾਰ ਵੀ ਆ। ਸ਼ਿਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਸਿੱਖਾਂ ਦੀ ਸਰਮੌਰ ਸੰਸਥਾ ਉਹ ਆਪਣਾ ਬਣਦਾ ਫਰਜ਼ ਅਦਾ ਕਰਦੇ ਆ ਸਿੰਘ ਸਾਹਿਬ ਸ੍ਰੀ ਆਗਿਆਨੀ ਹਰਪ੍ਰੀਤ ਸਿੰਘ ਜੀ ਦੇ ਹੁਕਮ ਤਹਿਤ ਇਥੋਂ ਇੱਕ ਪੰਜ ਮੈਂਬਰੀ ਕਮੇਟੀ ਜਿਹੜੀ ਆ ਉਹ ਅਦੌਰ ਜਿਹੜੀ ਆ ਭੇਜੀ ਗਈ ਜੀ ਨੇ ਉੱਥੇ ਜਾ ਕੇ ਵੱਖ-ਵੱਖ ਸੰਸਥਾਵਾਂ ਨਾਲ ਸਿੰਧੀ ਪਰਿਵਾਰਾਂ ਨਾਲ ਜਿਹੜੀ ਆ ਗੱਲਬਾਤ ਕੀਤੀ ਆ ਤੇ ਉੱਥੋਂ ਦੀ ਜਿਹੜੀ ਅਸਲ ਤਸਵੀਰ ਜਿਹੜੀ ਆ ਉਹਨਾਂ ਨੇ ਉਹ ਕੂਕੀਰਨ ਦੀ ਜਿਹੜੀ ਆ ਕੋਸ਼ਿਸ਼ ਕੀਤੀ ਆ ਸੋ ਜੋ ਗੱਲ ਦੇਖਣ ਵਿੱਚ ਆਈ ਕਿ ਕੁਝ ਸੰਸਥਾਵਾਂ ਨੇ ਗੁਰੂ ਸਾਹਿਬ ਦੇ ਸਰੂਪ ਜਿਹੜੇ ਆ ਜਬਰੀ ਗੁਰੂ ਗੁਰਦਵਾਰਾ ਸਾਹਿਬ ਵਿੱਚ ਪਚਾਏ ਇਹਦੇ ਵਿੱਚ ਇਹ ਗੱਲ ਅਸੀਂ ਅੱਜ ਸਪਸ਼ਟ ਕਰ ਦੇਣਾ ਚਾਹੁੰਦੇ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਕਾਰ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਸਮਝੌਤਾ ਨਹੀਂ ਜੇ ਕੋਈ ਸ਼ਰਾਰਤ ਨਾਲ ਕਰਦਾ ਤੇ ਉਸ ਦਾ ਉਸ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਏਗਾ ਜੇ ਅਣਜਾਣੇ ਵਿੱਚ ਕਰਦਾ ਤੇ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਨੇ ਪਿਛਲੇ ਸਮੇਂ ਚ ਇੱਕ ਪ੍ਰੋਗਰਾਮ ਲਿਖਿਆ ਕਿ ਇਹਨਾਂ ਸੰਸਥਾਵਾਂ ਵਿੱਚ ਵਿਸ਼ੇਸ਼ ਕਰਕੇ ਸਿੰਧੀ ਸਮਾਜ ਦੇ ਲਈ ਸ਼ਰੌਣੀ ਗੁਰਦਰਾ ਪ੍ਰਬੰਧ ਕਮੇਟੀ ਪ੍ਰਚਾਰਕ ਭੇਜ ਰਹੀ ਆ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਕਾਰ ਸਨਮਾਨ ਦੇ ਲਈ ਮਰਜ਼ਾਦਾ ਨੂੰ ਦ੍ਰਿੜ ਕਰਾਉਣ ਵਾਸਤੇ ਉੱਥੇ ਜਾਏਗੀ ਸੋ ਇਹ ਗੱਲ ਅਸੀਂ ਗੰਭੀਰਤਾ ਨਾਲ ਲੈ ਕੇ ਕਿਉਂਕਿ ਸਿੰਧੀ ਸਮਾਜ ਜਿਹੜਾ ਉਹ ਸਿੱਖ ਪੰਥ ਦਾ ਗੁਰਨਾਨਕ ਨਾਮ ਲੈਵਾ ਸੰਗਤ ਆ ਉਹ ਸਾਡਾ ਇੱਕ ਸਤਕਾਰਤ ਅੰਗ ਆ ਉਹਨੂੰ ਆਪਣੇ ਨਾਲ ਰੱਖਣ ਵਾਸਤੇ ਤੇ ਗੁਰੂ ਸਾਹਿਬ ਪ੍ਰਤੀ ਜਿਹੜੀ ਉਹਨਾਂ ਦੀ ਸਤਕਾਰ ਸ਼ਰਧਾ ਉਸ ਨੂੰ ਸਾਡੇ ਵੱਲੋਂ ਸਤਿਕਾਰ ਦੇਣ ਲਈ ਸ਼ਰੋਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਾਹਿਬ ਨੇ ਇਹ ਜਿਹੜਾ ਪ੍ਰੋਗਰਾਮ ਲਿਖਿਆ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵਫ਼ਦ ਜਿਹੜਾ ਵਾ ਉਹ ਵੀ ਸਿੰਧੀ ਸਮਾਜ ਦੇ ਆਗੂ ਸੱਭਾ ਨਾਲ ਨੂੰ ਤੇ ਸੰਗਤ ਨੂੰ ਜਿਹੜਾ ਜਾ ਕੇ ਮਿਲੇਗਾ ਵੀ ਤੇ ਜੋ ਰਿਪੋਰਟ ਆਉਂਦੀ ਆ ਉਸ ਰਿਪੋਰਟ ਦੇ ਤਹਿਤ ਅਸੀਂ ਉਹਨਾਂ ਦੀਆਂ ਭਾਵਨਾਵਾਂ ਦੇ ਮੱਦੇ ਨਜ਼ਰ ਉਹਨਾਂ ਨੂੰ ਅਸੀਂ ਤੋੜਿਆ ਨਾ ਜਾਵੇ ਪਰ ਗੁਰੂ ਸਾਹਿਬ ਦੇ ਸਤਕਾਰ ਪ੍ਰਤੀ ਜਾਗਰੂਕਤਾ ਜ਼ਰੂਰ ਲੈ ਕੇ ਆਦੀ ਜਾਵੇ ਇਸ ਗੱਲ ਹੀ ਸ਼ਰੋਣੀ ਕਮੇਟੀ ਸਹਿਰਦਾ ਸੋ ਆਉਣ ਵਾਲੇ ਦਿਨਾਂ ਦੇ ਅੰਦਰ ਸਿੰਧੀ ਸਮਾਜ ਦੇ ਆਗੂਆਂ ਨਾਲ ਤੇ ਸਮਾਜਕ ਜਿਨੇ ਉਹਨਾਂ ਦੇ ਨਾਲ ਇਹ ਮਿਲ ਕੇ ਗੁਰੂ ਗ੍ਰੰਥ ਸਾਹਿਬ ਦੇ ਸਤਕਾਰ ਪ੍ਰਤੀ ਜਾਗਰੂਕਤਾ ਪੈਦਾ ਕੀਤੀ ਜਾਵੇਗੀ ਤੇ ਉਹਨਾਂ ਦੇ ਮੰਦੇ ਅੰਦਰ ਜੇ ਕੋਈ ਭੈ ਜਾਂ ਕਿਸੇ ਤਰ੍ਹਾਂ ਦਾ ਕੋਈ ਰੋਸ ਆ ਉਸ ਨੂੰ ਕੱਢਣ ਦੇ ਵਾਸਤੇ ਵੀ ਜਿਹੜੀ ਹੈ ਸ਼ਰੋਣੀ ਕਮੇਟੀ ਵੱਡਾ ਉਪਰਾਲਾ ਕਰੇਗੀ